ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਸਟੱਡੀ ਬਾਈ ਹਰਪ੍ਰੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਦੋਸਤੋ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਮੈਂਟ ਆ ਰਹੇ ਸੀ ਠੀਕ ਹੈ ਕਿ ਜੋ ਇਹਨਾਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਕਦੋਂ ਬੁਲਾਇਆ ਜਾਵੇਗਾ ਠੀਕ ਹੈ ਤੇ ਬਹੁਤ ਸਾਰੇ ਕਮੈਂਟ ਆ ਰਹੇ ਸੀ ਇਸ ਵੀਡੀਓ ਵਿੱਚ ਸਾਰਾ ਕੁਝ ਤੁਹਾਨੂੰ ਦੱਸਣ ਵਾਲਾ ਕਿ ਤੁਹਾਡੀ ਫਾਈਨਲ ਜਿਹੜੀ ਕਟ-ਆਫ ਕਿੰਨੀ ਹੋ ਜਾਵੇਗੀ ਠੀਕ ਹੈ ਤੇ ਕਿਹੜੇ ਕਿਹੜੇ ਕੈਂਡੀਡੇਟ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਜਾਵੇਗਾ ਦੋਸਤੋ ਮੈਂ ਪਿਛਲੀ ਵੀਡੀਓ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜੀ ਮਤਲਬ ਕਿਆ ਬੈਠ ਸੀ ਕਿ ਆ ਜਿਹੜੀ ਲਿਸਟ ਬਣਾਈ ਠੀਕ ਹੈ ਇਹਨਾਂ ਵਾਸਤੇ ਜੋ ਡਾਕੂਮੈਂਟ ਵੈਰੀਫਿਕੇਸ਼ਨ ਤੇ ਦੋਸਤੋ ਹੋਣਗੇ ਠੀਕ ਹੈ ਇਸ ਤਰ੍ਹਾਂ ਕਿਆ ਬੈਠ ਸੀ ਦੋਸਤੋ ਮਿਸਟੇਕ ਹੋ ਗਈ ਥੋੜੀ ਸੀ ਤੇ ਇਹ ਸਿਰਫ ਰਿਜ਼ਰਵਡ ਟੈਗਾ ਠੀਕ ਹੈ ਰਿਜ਼ਲਟ ਮੈਰਿਟ ਲਿਸਟ ਹੈ ਜਿਵੇਂ ਆਪਾਂ ਕਹਿ ਲਈਏ ਪ੍ਰੋਵੀਜ਼ਨਲ ਜੋ ਮੈਰਿਟ ਲਿਸਟ ਨੂੰ ਜਿਵੇਂ ਰਿਜ਼ਲਟ ਕਹਿ ਲਈਏ ਕਿੰਨੇ ਕਿੰਨੇ ਮਤਲਬ ਉਹਨਾਂ ਦੇ ਯੂਆਈਟੀ ਵਗੈਰਾ ਦੇ ਨੰਬਰ ਸੀ ਤੇ ਉਹ ਦੱਸ ਕੇ ਜੋ ਲਿਸਟ ਬਣਾਈ ਇਹਨਾਂ ਠੀਕ ਹੈ ਤੇ ਡਾਕੂਮੈਂਟ ਵੈਰੀਫਿਕੇਸ਼ਨ ਦੀ ਗੱਲ ਕਰੀ ਤਾਂ ਆਪਾਂ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਲੱਗ ਲਿਸਟ ਬਣੇਗੀ ਪਰ ਲਿਸਟ ਕਦੋਂ ਕਮੇਗੀ ਕਿਉਂਕਿ ਉਹਨਾਂ ਨੋਟਿਸ ਵਿੱਚ ਲਿਖਿਆ ਆ ਜੋ ਤੁਹਾਡੇ ਮਤਲਬ ਡਾਕੂਮੈਂਟ ਹੈਗੇ ਨਹੀਂ ਠੀਕ ਹੈ ਵੈਰੀਫਿਕੇਸ਼ਨ ਜੋ ਜਨਵਰੀ ਦੇ ਪਹਿਲੇ ਹਫਤੇ ਵਿੱਚ ਤੁਹਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਜਾਵੇਗਾ ਤੇ ਦੋਸਤੋ ਮੈਨੂੰ ਲੱਗਾ ਕਿ ਸ਼ਾਇਦ ਇਹੋ ਹੀ ਜੋ ਲਿਸਟ ਬਾਕੀ ਮ ਬਾਅਦ ਚ ਰੁ ਦੇਖਣ ਲਿਸਟ 40 ਜਿਵੇਂ ਮੈਰਿਟ ਰਿਜ਼ਲਟ ਲਿਖਿਆ ਮੈਰਿਟ ਲਿਸਟ ਨੂੰ ਤੇ ਮੈਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਸਾਰੇ ਹੁਣ ਮਤਲਬ ਬਾਅਦ ਜਦੋਂ ਮੈਂ ਰਿਜ਼ਲਟ ਖੋਲ ਕੇ ਵੇਖਿਆ ਠੀਕ ਹੈ ਮੈਂ ਤੁਹਾਨੂੰ ਰਿਜ਼ਲਟ ਇੱਕ ਮਿੰਟ ਦਿਖਾਉਣਾ ਜਿਵੇਂ ਜਰਨਲ ਦਾ ਡਾਊਨਲੋਡ ਮ ਕਰਦਾ ਦੋਸਤੋ ਆ ਮੈਂ ਜਰਨਲ ਦਾ ਰਿਜ਼ਲਟ ਡਾਊਨਲੋਡ ਕਰ ਲਿਆ ਜੋ ਮੈਰਿਟ ਲਿਸਟ ਜਰਨਲ ਦੀ ਠੀਕ ਹੈ ਇਹਦੇ ਤੁਹਾਨੂੰ ਮੈਂ ਕੈਂਡੀਡੇਟ ਇੱਕ ਮਿੰਟ ਟੋਟਲ ਕੈਂਡੀਡੇਟ ਦਿਖਾਉਣਾ ਟੋਟਲ ਕੈਂਡੀਡੇਟ ਹੈਗੇ ਨੇ 3852 ਕੈਂਡੀਡੇਟ ਟੋਟਲ ਨੇ ਹੁਣ ਦੋਸਤੋ ਸਾਰੇ ਥੋੜਾ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਜਾਵੇਗਾ ਠੀਕ ਹੈ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਦੀਆਂ ਜੋ ਟੋਟਲ ਸ਼ੀਟਾਂ ਕਿੰਨੀਆਂ ਨੇ ਠੀਕ ਹੈ ਟੋਟਲ ਆਪਾਂ ਗੱਲ ਕਰੀਏ ਤਾਂ 600 ਟੋਟਲ ਸ਼ੀਟਾਂ ਨੇ ਠੀਕ ਹੈ ਤੇ ਜਰਨਲ ਦੀਆਂ ਜੋ ਹੈਗੀਆਂ ਨੇ 368 ਸ਼ੀਟਾਂ ਨੇ ਠੀਕ ਹੈ ਤੇ ਆਪਾਂ ਗੱਲ ਕਰੀਏ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਹਮੇਸ਼ਾ ਤੁਸੀਂ ਦੇਖਿਆ ਹੋਣਾ ਕਿ 3 ਗੁਣਾ ਜੋ ਕੈਂਡੀਡੇਟ ਬੁਲਾਏ ਜਾਂਦੇ ਨੇ ਠੀਕ ਹੈ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਤੇ ਇਸ ਵਾਰ ਵੀ 3 ਗੁਣਾ ਹੀ ਬੁਲਾਏ ਜਾਣਗੇ ਜਿਵੇਂ ਆਪਾਂ 368 ਨੂੰ ਤੁਸੀਂ 3 ਨਾਲ ਗੁਣਾ ਕਰ ਲੈਣਾ ਠੀਕ ਹੈ ਹਜ਼ਾਰ 1200 ਦੇ ਆਸ-ਪਾਸ ਹੋਵੇਗਾ ਠੀਕ ਹੈ ਯਾਰ 1200 ਜੋ ਕੈਂਡੀਡੇਟ ਬੁਲਾਏ ਜਾ ਸਕਦੇ ਨੇ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਠੀਕ ਹੈ ਤੇ ਤੇ ਇਹ ਲਿਸਟ ਜੋ ਦੁਬਾਰਾ ਉੱਤੇ ਜਿਹੜੀ ਉਹਨਾਂ ਦੀ ਵੈਬਸਾਈਟ ਤੇ ਅਪਲੋਡ ਹੋਵੇਗੀ ਠੀਕ ਹੈ ਅਪਲੋਡ ਹੋ ਸਕਦਾ ਹੈ ਕਿ ਅੱਜ ਜਾਂ ਸਵੇਰੇ ਤੱਕ ਹੋ ਜੇ ਠੀਕ ਹੈ ਕਿਉਂਕਿ ਡਾਕੂਮੈਂਟ ਵੈਰੀਫਿਕੇਸ਼ਨ ਉਹਨਾਂ ਨੇ ਕਿਹਾ ਕਿ ਜਨਵਰੀ ਦੇ ਪਹਿਲੇ ਹਫਤੇ ਤੱਕ ਤੁਹਾਡੇ ਜੋ ਡਾਕੂਮੈਂਟ ਵੈਰੀਫਿਕੇਸ਼ਨ ਹੋ ਜਾਣਗੇ ਠੀਕ ਬੁਲਾਇਆ ਜਾਵੇਗਾ ਤੁਹਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਤੇ ਹੋ ਸਕਦਾ ਹੈ ਕਿ ਅੱਜ ਜਾਂ ਕੱਲ ਤੱਕ ਤੁਹਾਨੂੰ ਜੋ ਜਿਹੜੀ ਇਹਦੀ ਲਿਸਟ ਉਹ ਆ ਜਾਏਗੀ ਤੇ ਨੋਟਿਸ ਵੀ ਆ ਜਾਏਗਾ ਠੀਕ ਹੈ ਕਿ ਕਦੋਂ ਤੁਹਾਡੇ ਡਾਕੂਮੈਂਟ ਹੋਣੇ ਨੇ ਕਿੱਥੇ ਜਮ੍ਹਾਂ ਹੋਣੇ ਨੇ ਠੀਕ ਹੈ ਸਾਰਾ ਕੁਝ ਆ ਜਾਏਗਾ ਜਿੱਦਾਂ ਕੋਈ ਅਪਡੇਟ ਆਉਣੀ ਮੈਂ ਤੁਹਾਨੂੰ ਦੱਸ ਦਾਂਗਾ ਠੀਕ ਹੈ ਤੋਂ ਨਾ ਬਗਲ ਕਰਦੇ ਹਾਂ ਫਾਈਨਲ ਕਟਆਫ ਦੀ ਕਿ ਦੋਸਤੋ ਵੀਡੀਓ ਥੋੜੀ ਲੰਬੀ ਹੋ ਜਾਏਗੀ ਠੀਕ ਹੈ ਵੀਡੀਓ ਨੂੰ ਪਲੀਜ਼ ਜ਼ਰੂਰ ਐਂਡ ਤੱਕ ਜ਼ਰੂਰ ਵੇਖਣਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਫਾਈਨਲ ਦੀ ਦੋਸਤੋ ਟੋਟਲ ਜੋ ਇੱਥੇ ਸੀਟਾਂ 360 ਤੇ 366 ਸੀਟਾਂ ਸੀ ਠੀਕ ਹੈ ਮੈਨੂੰ ਇੱਕ ਕੈਂਡੀਡੇਟ ਨੇ ਮੈਸੇਜ ਵੀ ਕੀਤਾ ਸੀ ਕਿ ਉਹਨਾਂ ਦਾ ਕਰੇ 376 ਨੰਬਰ ਤੇ ਕਿ 386 ਇਸ ਤਰ੍ਹਾਂ ਸੀ ਤੇ ਉਹ ਪੁੱਛਦੇ ਸੀ ਕਿ ਮੇਰਾ ਮਤਲਬ ਨੰਬਰ ਆ ਜਾਏਗਾ ਕਿ ਕਿਵੇਂ ਤੇ ਦੋਸਤੋ ਮੈਂ ਦੱਸ ਦਵਾਂ ਜੇ ਉਹ ਵੀਡੀਓ ਵੇਖ ਰਿਹਾ ਤੇ ਉਹ ਇਸ ਵੀਡੀਓ ਨੂੰ ਫੁੱਲ ਜ਼ਰੂਰ ਵੇਖੇ ਠੀਕ ਹੈ ਦੋਸਤੋ ਇਹ ਟੋਟਲ 368 ਜਿਵੇਂ ਆਪ ਕਹਿ ਲੀਏ ਸਿਲੈਕਟ ਹੋਣੇ ਨੇ ਵਿੱਚੋਂ ਸ਼ੀਟਾਂ 368 ਦੀਆਂ ਸੀਟਾਂ ਨੇ ਠੀਕ ਹੈ ਤੇ 368 ਆਪਾਂ ਉੱਪਰ ਉੱਪਰ ਜੋ 368 ਤੱਕ ਉੱਤੇ ਹੈਗੇ ਹੈਗੇ ਨੇ ਬਾਕੀ ਆਪਾਂ ਗੱਲ ਕਰੀਏ ਜਿਵੇਂ ਆਪ ਕਹਿ ਲੀਏ ਕੋਈ ਅਦਰ ਸਟੇਟ ਦਾ ਬੇਗਾ ਉੱਤਰ ਪ੍ਰਦੇਸ਼ ਦਾ ਠੀਕ ਹੈ ਜਿਵੇਂ ਰਾਜਸਥਾਨ ਦਾ ਕੋਈ ਉੱਤਰ ਪ੍ਰਦੇਸ਼ ਦਾ ਤੇ ਦੋਸਤੋ ਹੁਣ ਆਪਾਂ ਗੱਲ ਕਰੀਏ ਕਿ ਸਾਰੇ ਥੋੜਾ ਕੈਂਡੀਡੇਟ ਕਿਵੇਂ ਆ ਜਾਣਗੇ ਥੀ ਉੱਤਰ ਪ੍ਰਦੇਸ਼ ਚੋਂ ਕੋਈ ਨਹੀਂ ਵੀ ਆ ਸਕਦਾ ਕਿਵੇਂ ਡਾਕੂਮੈਂਟ ਵੈਰੀਫਿਕੇਸ਼ਨ ਦੂਰ ਦੂਰ ਤੇ ਕਾਰਨ ਠੀਕ ਹੈ ਜਾਂ ਕਿਸੇ ਵੀ ਕਹਿ ਲੋ ਜਿਵੇਂ ਉੱਤਰ ਪ੍ਰਦੇਸ਼ ਚਾਰਖੰਡ ਇਹ ਥੋੜਾ ਕੈਂਡੀਡੇਟ ਕੋਈ ਵਿਰਲਾ ਇਹਦੇ ਵਿੱਚ ਆਵੇਗਾ ਠੀਕ ਹੈ ਇਹਦੇ ਵਿੱਚੋਂ ਸ਼ਾਇਦ ਕੋਈ ਸਾਰੇ ਤਨੀ ਆਉਣਗੇ ਬਿਰਲਾ-ਬਿਰਲਾ ਕੋਈ ਆਵੇਗਾ ਠੀਕ ਹੈ ਬਾਕੀ ਆਪ ਗੱਲ ਕਰੀਏ ਤੁਨ ਜਿਵੇਂ ਕਿਸੇ ਏਜ ਆ ਪੂਰੀ ਹੋ ਜਾਂਦੀ ਠੀਕ ਹੈ ਕਿਵੇਂ ਕਿਸੇ ਨੇ ਵੈਸੇ ਜਿਵੇਂ ਆਪਾਂ ਕਹਿ ਲਈ ਫਾਰਮ ਫਿਲ ਅਪ ਕੀਤਾ ਹੋਵੇ ਵੈਸੇ ਹੀ ਨੰਬਰ ਲਾਏ ਹੋਣ ਠੀਕ ਹੈ ਜਾਂ ਕਿਵੇਂ ਦਾ ਡਾਕੂਮੈਂਟ ਕਿਵੇਂ ਕਹਿ ਲਈ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਲਬ ਡਾਕੂਮੈਂਟ ਨਹੀਂਗਾ ਪੂਰਾ ਉਸ ਕੋ ਬਾਹਰ ਜਮ ਹੋ ਜਾਂਦਾ ਕੈਂਡੀਡੇਟ ਠੀਕ ਇਸ ਲਈ 368 ਮਤਲਬ ਜਿਆਦਾ ਹੀ ਜਾਣਗੇ ਥੱਲੇ ਠੀਕ ਥੱਲੇ ਵਾਲੇ ਕੈਂਡੀਡੇਟ ਵੀ ਸਿਲੈਕਟ ਜਿਵੇਂ ਆਪਾਂ ਕਹਿ ਲਈ 20 25 ਤੱਕ ਥੱਲੇ ਜਾ ਸਕਦੀ ਮੈਰਿਟ ਠੀਕ ਜਿਵੇਂ 368 ਦੇ ਵਿੱਚ ਵੀ 25 ਐਡ ਕਰ ਲੈਣਾ ਠੀਕ 368 ਦੇ ਵੀ 25 ਥੱਲੇ ਐਡ ਕਰਕੇ ਤੇ ਥੱਲੇ ਵੀ 25 ਹੋਰ ਸਿਲੈਕਟ ਹੋ ਸਕਦੇ ਨੇ ਕੈਂਡੀਡੇਟ ਠੀਕ ਬਾਕੀ ਦੋਸਤੋ ਫਾਈਨਲ ਕਟਆਫ ਵੈਸੇ ਅੰਦਾਜ਼ਾ ਲਾ ਰਿਹਾ ਇੰਨੀ ਕੁ ਜਾ ਸਕਦੀ ਬਾਕੀ ਫਾਈਨਲ ਜਦੋਂ ਕਟਆਫ ਆਵੇਗੀ ਠੀਕ ਹੈ ਇਹ ਤਾਂ ਉਦੋਂ ਹੀ ਕਹਿ ਸਕਦੇ ਆਪਾਂ ਵੈਸੇ ਤੁਹਾਨੂੰ ਮੈਂ ਅੰਦਾਜ਼ਾ ਲਾ ਕੇ ਦੱਸ ਦਿੱਤਾ ਇੰਨੀ ਕਟਆਫ ਜਾਵੇਗੀ ਠੀਕ ਦੋਸਤੋ ਇਹ ਸਿਰਫ ਜਨਰਲ categories ਤੁਹਾਨੂੰ ਮੈਂ ਦੱਸੀ ਕਟਆਫ ਠੀਕ ਹੈ ਤਾਂ ਇਹ ਸੀ ਅੱਜ ਦੀ ਵੀਡੀਓ ਠੀਕ ਹੈ ਜੇਕਰ ਤੁਹਾਨੂੰ ਮਨ ਵਿੱਚ ਕੋਈ ਵੀ ਡਾਊਟ ਹੈਗਾ ਠੀਕ ਹੈ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਤਾਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ